ਪੰਜਾਬੀ ਅਮੀਰ ਵਾਸਤੇ ਇਹਨਾਂ ਨੇ ਕਿੰਨਾ ਕਿੰਨੀ ਕਿੰਨੀ ਤਕਲੀਫਾਂ ਚੱਲੀ ਕਿੰਨੇ ਕੁਰਬਾਨੀਆਂ ਹੋ ਗਈਆਂ ਹਾਂ ਪਤਾ ਸਾਨੂੰ ਅਸੀਂ ਸਤਸੰਗ ਦੀ ਜ਼ਿਕਰ ਕੀਤਾ ਸੀ ਤਾਂ ਇਸ ਲਈ ਸ਼ੁਕਰ ਕਰੀਏ ਅਸੀਂ ਕਿ ਅਸੀਂ ਅੱਜ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਆਜ਼ਾਦ ਦੇਸ਼ ਵਿੱਚ ਬੈਠੇ ਹਾਂ ਸਾਨੂੰ ਬਹੁਤ ਖੁਸ਼ ਹੈ ਪਰ ਜਿੱਦਾਂ ਅਸੀਂ ਉਹਨਾਂ ਨੂੰ ਕਿਹਾ ਕੱਲ੍ਹ ਨੂੰ ਹੁਣ ਟਾਈਮ ਦੇਣਾ ਤਾਂ ਅਸੀਂ ਆਪਣੇ ਆਪ ਹੀ ਕੱਲ੍ਹ ਹੀ ਟਾਈਮ ਦੇਵਾਂਗੇ ਠੀਕ ਹੈ ਨਹੀਂ ਤਾਂ ਨਾ ਇਨਸਾਫੀ ਹੋ ਨਹੀਂ ਕਿ ਉਹਨੂੰ ਕਹਿ ਤਾਂ ਕੱਲ੍ਹ ਟਾਈਮ ਦੇਣਾ ਤਾਂ ਆਪ ਹੀ ਟਾਈਮ ਲੈ ਲਈਏ ਸੋ ਕੱਲ੍ਹ ਸਵੇਰ ਦੀ ਪ੍ਰਭਾਤ ਫੇਰੀ ਤੁਹਾਨੂੰ ਪਤਾ ਹੀ ਹੈ ਮਿੰਗਰਵਾਲ ਪਿੰਡ ਵਿਖੇ ਜਾਣੀ ਹੈ ਸੋ ਸਾਰਿਆਂ ਨੇ ਤਕਰੀਬਨ ਪਾਣੀ ਕੋਈ ਨਹੀਂ ਦਿੱਤੀ ਹਾਂਜੀ ਇਹਨਾਂ ਨੇ ਇਹ ਮੰਗ ਲਾਗੇ ਤਾਂ ਸੋ ਸਵੇਰ ਨੂੰ ਪ੍ਰਭਾਤ ਫੇਰੀ ਲੱਗ ਗਈ ਹੈ ਸੋ ਸਾਰਿਆਂ ਨੇ ਪੌਣੇ ਕੁ ਪੰਜ ਵਜੇ ਬੰਧਨਾ ਹੋਏਗੀ ਉਸ ਤੋਂ ਬਾਅਦ 5 ਵਜੇ ਕਿਉਂਕਿ 10-15 ਮਿੰਟ ਫਿਰ ਸੰਗਤ ਨੂੰ ਗੱਡੀਆਂ 'ਚ ਬਿਠਾਉਂਦੇ ਹਾਂ ਰਵਾਨਗੀ ਹੁੰਦੀ ਆਉਂਦੀਆਂ ਵੀ ਲੱਗ ਜਾਂਦੀ ਹੈ ਇਸ ਲਈ 4:50 'ਤੇ ਸਾਰਿਆਂ ਨੇ ਪੰਡਾਲ 'ਚ ਇਕੱਠੇ ਹੋ ਜਾਣਾ ਅਤੇ ਬੰਧਨਾ ਹੋਏਗੀ ਉਸ ਤੋਂ ਬਾਅਦ ਫਿਰ ਤਾਂ ਕਿ 5 ਵਜੇ ਪ੍ਰਭਾਤ ਫੇਰੀ ਰਵਾਨਾ ਹੋ ਜਾਂਦੇ ਠੀਕ ਹੈ ਕਿਉਂਕਿ ਬੜਾ ਆਨੰਦ ਲੈਣਾ ਕੱਲ੍ਹ ਨੂੰ ਵੀ ਮਿੰਗਰਵਾਲ 'ਚ ਵੈਸੇ ਬੜਾ ਆਨੰਦ ਆਉਂਦਾ ਹੈ ਸਾਡੇ ਨਾਨਕਿਆਂ ਦਾ ਪਿੰਡ ਜੋ ਹੈ ਬੀਬੀ ਹਜ਼ੂਰ ਦਾ ਪਿੰਡ ਹੈ ਮਿੰਗਰਵਾਲ ਜਿੱਥੇ ਉਹਨਾਂ ਨੇ ਜਨਮ ਲਿਆ ਬਚਪਨ ਦੇ ਦਿਨ ਬਿਤਾਏ ਸੋ ਜਿੱਥੇ ਕੋਈ ਵੀ ਮਹਾਨ ਹਸਤੀ ਜਨਮ ਲੈਂਦੀ ਹੈ ਉਹ ਫਿਰ ਉਹ ਪਿੰਡ ਵੀ ਖਾਸ ਹੋ ਜਾਂਦਾ ਹੈ ਉਹ ਨਗਰ ਵੀ ਖਾਸ ਹੋ ਜਾਂਦਾ ਹੈ ਸੋ ਕੱਲ੍ਹ ਉੱਥੇ ਜਾ ਕੇ ਅਸੀਂ ਹਜ਼ੂਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਭੰਗੜੇ ਵੀ ਪਾਉਣੇ ਹੈ ਸ਼ਬਦ ਵੀ ਗਾਉਣੇ ਹੈ ਔਰ ਪੂਰਾ ਪੂਰਾ ਆਨੰਦ ਲੈਣਾ ਔਰ ਉਹ ਫੇਰ ਹੀ ਹੋਏਗਾ ਫਿਰ ਹੁਣ ਥੋੜ੍ਹਾ ਜਿਹਾ ਟਾਈਮ ਨਾਲ ਤੁਸੀਂ ਫਰੀ ਹੋਵੋ ਰੈਸਟ ਕਰੋ ਕਿਉਂਕਿ ਦੇਖਿਆ ਕਿ ਸਵੇਰੇ ਸਵੇਰੇ ਫਿਰ ਉਹ ਜਿਸਲੇ ਬੰਦਰਾ ਹੁੰਦਾ ਟਾਈਮ ਹੁੰਦਾ ਤਾਂ ਤੁਸੀਂ ਰਾਤ ਨੂੰ ਕਰਦੇ ਕੀ ਰਹਿੰਦੇ ਸਾਨੂੰ ਤਾਂ ਦੇਖਿਆ ਸਾਡੇ ਜਾਣ ਤੋਂ ਬਾਅਦ ਵੀ ਲੱਗੇ ਰਹਿੰਦੇ ਹੁੰਦੇ ਬਾਰਾ ਇੱਕ ਤਾਂ ਵੱਜੀ ਜਾਂਦਾ ਤੁਹਾਨੂੰ ਸੌਂਦੇ ਸੌਂਦੇ ਚਲੋ ਅੱਜ ਕੋਸ਼ਿਸ਼ ਕਰੋ ਜਲਦੀ ਸੌਵੋ ਤਾਂ ਕਿ ਕੱਲ੍ਹ ਨੂੰ ਟਾਈਮ ਨਾਲ ਰਵਾਨਗੀ ਹੋਵੇ ਔਰ ਟਾਈਮ ਨਾਲ ਅਸੀਂ ਪੂਰਾ ਪੂਰਾ ਆਨੰਦ ਲਈਏ ਠੀਕ ਹੈ ਫਿਰ ਸੋ ਖੁਸ਼ ਹੋ ਸਾਰੇ ਕਹਿ ਦਿਓ ਮੈਂ ਬਹੁਤ ਸਾਰਿਆਂ ਨੂੰ ਜਿਹਨਾਂ ਨੇ ਵੀ ਅੱਜ ਚਾਹੇ ਬੱਚਿਆਂ ਨੇ ਛੋਟੇ ਛੋਟੇ ਡਾਂਸ ਕੀਤਾ ਜਾਂ ਸ਼ਬਦ ਗਾਏ ਜਾਂ ਜਿਹਨਾਂ ਨੇ ਵੀ ਤੁਸੀਂ ਦੇਖਿਆ ਨਾ ਇੱਕ ਤਾਂ ਚੱਲਦੀ ਫਿਰਦੀ ਫਿਲਮੇ ਦਿਖਾ ਦਿੱਤੀ ਇਹਨਾਂ ਨੇ ਠੀਕ ਹੈ ਸੋ ਇਹਨਾਂ ਸਾਰੇ ਕਲਾਕਾਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਬਹੁਤ ਅੱਛਾ ਅਤੇ ਸਮਝ ਲਓ ਕਿ 20-25 ਮਿੰਟ ਜੀ ਇਹਨਾਂ ਨੇ ਭਗਤ ਸਿੰਘ ਜੀ ਦੀ ਪੂਰੀ ਜ਼ਿੰਦਗੀ ਬਾਰੇ ਦੱਸਤਾ ਸਾਨੂੰ ਠੀਕ ਹੈ ਤਾਂ ਬਹੁਤ ਅੱਛਾ ਲੱਗਾ ਮਾਲਕ ਇਹਨਾਂ ਨੂੰ ਤਾਂ ਕਰਦੇ ਹਨ ਕਿ ਹੋਰ ਵੀ ਅੱਗੇ ਤੋਂ ਅੱਗੇ ਅੱਛਾ ਇਹਨਾਂ ਅੰਦਰ ਦੀ ਕਲਾਕਾਰ ਛੁਪੇ ਹੋਏ ਹੈ ਕਲਾਕਾਰ ਹੋਰ ਵੀ ਅੱਛਾ ਪਲੇ ਕਰਨ ਹੋਰ ਵੀ ਮਿਹਨਤ ਕਰਨ ਹੋਰ ਵੀ ਇਹਨਾਂ ਦੀ ਕਲਾ ਦਾ ਨਿਖਾਰ ਆਵੇ ਹੋਰ ਵੀ ਮਾਲਕ ਇਹਨਾਂ ਨੂੰ ਅੱਛਾ ਕਰਨ ਦੀ ਤਾਕਤ ਦੇ ਔਰ ਤੁਸੀਂ ਵੀ ਸਦਾ ਅੱਛਾ ਕਰ ਸਕੋ ਹੱਸਦੇ ਮੁਸਕਰਾਉਂਦੇ ਤੰਦਰੁਸਤ ਖੁਸ਼ ਰਹੋ ਇਹ ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ ਸੋ ਕੱਲ੍ਹ ਦੀ ਤਿਆਰੀ ਵਾਸਤੇ ਹੁਣ ਇਸ ਪ੍ਰੋਗਰਾਮ ਵਿੱਚ ਸਮਾਪਤੀ ਕਰੀਏ ਆਨੰਦ ਲਓ ਹੱਸਦੇ ਮੁਸਕਰਾਉਂਦੇ ਰਹੋ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਦੀ ਜੈ